ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ MLA ਬੱਗਾ ਜੀ ਨੂੰ ਮਿਲੇ ਹਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਵਿਧਾਇਕ ਨੇ। ਅਸੀਂ ਉਹਨਾਂ ਨੂੰ ਜਿਹੜੇ ਬੰਦੀ ਸਿੰਘ ਹੈਗੇ ਨੇ ਉਹਨਾਂ ਦੀ ਰਿਹਾਈ ਵਾਸਤੇ ਮੈਮੋਰੈਂਡਮ ਦੇ ਕੇ ਆਇਆ। ਕਮਾਲ ਦੀ ਗੱਲ ਇਹ ਹੈਗੀ ਕਿ ਉਹਨਾਂ ਨੂੰ ਕਈ ਮੁੱਦਿਆਂ ਦਾ ਪਤਾ ਹੀ ਨਹੀਂ ਸੀ ਸਿੱਖਾਂ ਦੇ, ਠੀਕ ਹੈ। ਅਸੀਂ ਉਹਨਾਂ ਨਾਲ ਸਾਰੀ ਗੱਲ ਕੀਤੀ ਕਿਸ ਤਰੀਕੇ ਦੇ ਨਾਲ ਬਿੱਟੇ ਨੇ ਜਿਹੜੀ ਹੈਗੀ ਹੈ ਪਟੀਸ਼ਨ ਪਾਈ ਸੀ, ਉਸ ਤੋਂ ਬਾਅਦ ਉਹ ਪਟੀਸ਼ਨ ਖਾਰਿਜ ਹੁੰਦੀ ਹੈ। ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਜਿਹੜੀ ਹੈਗੀ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਦੀ ਰਿਹਾਈ ਜਿਹੜੀ ਹੈ ਉਹ ਕੇਜਰੀਵਾਲ ਕੋਲੋਂ ਜਾਂਦੀ ਹੈ, ਠੀਕ ਹੈ। ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ 2019 ਦੇ ਵਿੱਚ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 550 ਸਾਲਾਂ ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਕਿਹਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਛੱਡਾਂਗੇ। ਉਸ ਤੋਂ ਬਾਅਦ ਜਿਹੜੇ ਹੈਗਾ MLA ਜਿਹੜੇ ਹੈਗੇ ਨੇ ਜਿੰਨੇ ਵੀ ਦਿੱਲੀ ਦੇ MLA ਆ, ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜਾ ਕੇ ਮੋਮੈਂਟਮ ਦਿੱਤਾ ਜਾਵੇ। ਭਗਵੰਤ ਮਾਨ ਦੀ ਗੱਲ ਕੀਤੀ ਜਾਵੇ, ਪੰਜਾਬ ਦੇ ਭਗਵੰਤ ਮਾਨ ਨੂੰ ਜਦੋਂ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਉਂ ਨਹੀਂ ਗੱਲ ਕਰਦੇ ਪਏ, ਤਾਂ ਭਗਵੰਤ ਮਾਨ ਨੇ ਕੋਈ ਚੱਜ ਦਾ ਜਵਾਬ ਨਹੀਂ ਦਿੱਤਾ। ਹਾਲਾਂਕਿ ਉਹਨੇ ਇਹ ਗੱਲ ਕਹਿ ਕੇ ਮੁਕਾ ਦਿੱਤੀ ਕਿ ਇਹ ਜਿਹੜਾ ਹੈਗਾ ਅਸੀਂ ਕਮੇਟੀ ਬਣਾਈ ਹੈ, ਉਹਨੂੰ ਹਾਲੇ ਕਾਨੂੰਨਾਂ ਦਾ ਕੱਖ ਪਤਾ ਨਹੀਂ ਅਤੇ ਉਹ ਕਹਿੰਦੇ ਕਮੇਟੀ ਬਣਾਈ ਹੈ। ਹਾਲਾਂਕਿ ਅਸੀਂ ਜਾ ਕੇ ਜਿਹੜਾ ਬੱਗਾ ਸਾਹਿਬ ਨੂੰ ਜਿਹੜੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਦੱਸਿਆ ਕਿ SRB ਸੈਂਟਰ ਰਿਵਿਊ ਬੋਰਡ ਦੇ ਅਧੀਨ ਜਿਹੜਾ ਹੈਗਾ ਉਹ ਕੇਜਰੀਵਾਲ ਦੇ ਕੋਲੋਂ ਅਥੋਰਟੀ ਜਾਂਦੀ ਹੈ, ਜੇ ਕੇਜਰੀਵਾਲ ਜਿਹੜਾ ਸਾਈਨ ਕਰੇ, ਠੀਕ ਹੈ, ਉਹਦੇ ਅਕੋਰਡਿੰਗ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋ ਸਕਦੀ ਹੈ, ਜੋ ਕਿ 25-25, 26-26 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਜਿੰਨੇ ਵੀ ਸਿੰਘ ਬੈਠੇ ਨੇ, ਭਾਵੇਂ ਉਹ ਭਾਈ ਜਗਤਾਰ ਸਿੰਘ ਹਵਾਰਾ ਹੋਏ ਜਾਂ ਹੋਰ ਵੀ ਸਿੰਘ ਜਿਹੜੇ ਆਪਣੇ ਬੈਠੇ ਨੇ, ਉਹਨਾਂ ਦੇ ਰਿਹਾਈ ਵਾਸਤੇ ਗੱਲ ਕੀਤੀ ਹੈਗੀ ਹੈ। ਅਸੀਂ ਇਹ ਗੱਲ ਕਹਿਣਾ ਚਾਹੁੰਦੇ ਕਿ ਬਾਬੂ ਬਜਰੰਗੀ ਜਿਹੜਾ ਹੈਗਾ ਗੋਦਰਾ ਕਾਂਡ ਵਾਲਾ, ਤੁਹਾਨੂੰ ਯਾਦ ਹੋਏਗਾ, ਜੇ ਉਹਨੂੰ ਰਿਹਾਈ ਹੋ ਸਕਦੀ ਹੈਗੀ ਹੈ। ਪਿਸ਼ੋਰੀ ਲਾਲ 1984 ਕਤਲੇਆਮ ਦੇ ਵਿੱਚ ਸ਼ੀਲਾ ਦੀਕਸ਼ਿਤ ਉਹਨੂੰ ਰਿਹਾਈ ਦੇ ਸਕਦੀ ਹੈਗੀ ਹੈ। ਦਾਰਾ ਸਿੰਘ ਜਿਹੜਾ ਹੈਗਾ ਕੇਰਲਾ ਦੇ ਵਿੱਚ ਜਿਹਨੇ ਈਸਾਈ ਮਾਰੇ ਸੀ, ਜੇ ਉਹਨੂੰ ਰਿਹਾਈ ਉਮਰ ਕੈਦ ਦੀ ਸਜ਼ਾ ਉਹਦੀ ਮਾਫ਼ ਹੋ ਸਕਦੀ ਹੈ। ਅਤੇ ਸਾਡੇ ਸਿੱਖਾਂ ਦੇ ਨਾਲ ਜਿਹੜੀ ਹਰ ਵਾਰੀ ਸਰਕਾਰ ਕਿਉਂ ਧੱਕਾ ਕਰਦੇ, ਇਸ ਤਰ੍ਹਾਂ ਕਿਉਂ ਕਰਦੀ ਆ, ਅਸੀਂ ਇਹਦਾ ਜਵਾਬ ਦੇਣ ਵਾਸਤੇ, ਜਵਾਬ ਮੰਗਣ ਵਾਸਤੇ ਆਪਾਂ ਬਕਾਇਦਾ ਉਹਨਾਂ ਨੂੰ ਇੱਕ ਪ੍ਰੋਪਰ ਫਾਈਲ ਬਣਾਈ ਹੈ, ਜਿਹਦੇ ਵਾਸਤੇ ਉਹਨਾਂ ਨੇ ਰਿਸੀਵਿੰਗ ਵੀ ਦਿੱਤੀ, ਸਾਡੀ ਈਮੇਲ ID 'ਤੇ ਪਾੜਗੇ। ਅਸੀਂ ਜਿੰਨੀ ਵੀ ਦਿੱਲੀ ਦੀ ਸਾਧ ਸੰਗਤ ਹੈਗੀ ਆ, ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਕੋਈ ਆਪਣੇ ਰਾਜਨੀਤੀ ਕਰਕੇ ਜੇਲ੍ਹਾਂ ਦੇ ਵਿੱਚ ਨਹੀਂ ਬੈਠੇ, ਆਪਣੇ ਹੱਕਾਂ ਕਰਕੇ ਜਿਹੜੇ ਆਪਣੇ ਬੰਦੀ ਸਿੰਘ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਹੈਗੀ ਹੈ ਪਿਆਰਿਓ, ਉਹ ਮੰਗਣੀ ਸਾਡਾ ਹੱਕ ਬਣਦਾ, ਠੀਕ ਹੈ, ਉਹਦੀ ਆਵਾਜ਼ ਬੁਲੰਦ ਕਰਨੀ ਸਾਡਾ ਹੱਕ ਬਣਦਾ। ਅਤੇ ਜਿੰਨੇ ਵੀ ਨੌਜਵਾਨ ਜਾਂ ਬਜ਼ੁਰਗ ਹੈਗੇ ਆ, ਅਸੀਂ ਉਹਨਾਂ ਨੂੰ ਕਹਾਂਗੇ ਕਿ ਦਿੱਲੀ ਦੇ ਵਿੱਚ ਜਿੰਨੇ ਵੀ MLA ਵਿਧਾਇਕ ਜਿੰਨੀ ਵੀ ਹੋ ਸਕੇ ਤੁਸੀਂ ਕਾਗਜ਼ੀ ਕਾਰਵਾਈ ਕਰੋ, ਉਹਨਾਂ ਨੂੰ ਜਾ ਕੇ ਉਹਨਾਂ ਨੂੰ ਦੱਸੋ, ਆਪਣੇ ਬੰਦੀ ਜਿਹੜੇ ਜੇਲ੍ਹ ਹੈਗੇ ਨੇ, ਸਿੰਘ ਹੈਗੇ ਨੇ, ਉਹਨਾਂ ਦੇ ਬਾਰੇ ਦੱਸੋ। ਬਾਕੀ ਅੱਗੇ ਦੀ ਜਾਣਕਾਰੀ ਵੀਰ ਸਿਮਰਨਜੀਤ ਸਿੰਘ ਜੀ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਯੂਥ, ਸਿੱਖ ਯੂਥ ਜਿਹੜੇ ਹੈਗੇ ਆ, ਐਜ਼ ਅ ਸੰਗਤੀ ਤੌਰ 'ਤੇ ਰਿਸਪੈਕਟਡ SK ਬੱਗਾ ਜੀ ਕੋਲ ਗਏ ਸੀਗੇ, ਜਿਹੜਾ ਕ੍ਰਿਸ਼ਨ ਨਗਰ ਦੇ ਆਪਣੇ ਇੱਧਰ ਦੇ ਵਿਧਾਇਕ ਹੈਗੇ ਨੇ, ਅਤੇ ਉਹਨਾਂ ਨੂੰ ਅਸੀਂ ਇੱਕ ਮੈਮੋਰੈਂਡਮ ਦਿੱਤਾ, ਜਿਵੇਂ ਕਿ ਅਮਨਦੀਪ ਵੀਰ ਜੀ ਨੇ ਤੁਹਾਨੂੰ ਦੱਸਿਆ ਕਿ ਮੈਮੋਰੈਂਡਮ 'ਚ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਰਿਕੁਐਸਟ ਹੈਗੀ ਹੈ ਕਿ ਤੁਸੀਂ ਜਲਦ ਤੋਂ ਜਲਦ ਜਿਹੜਾ ਤੁਹਾਡਾ ਸਾਈਨ ਪੈਂਡਿੰਗ ਹੈ ਉਹਨਾਂ ਦੇ ਰਿਲੀਜ਼ ਵਾਸਤੇ, ਉਹ ਤੁਸੀਂ ਸਾਈਨ ਕਰਕੇ ਦੁਬਾਰਾ ਤੋਂ ਵਿਸ਼ਵਾਸ ਕਾਇਮ ਕਰੋ ਸਿੱਖ ਸੱਜਣ ਦੇ ਅੰਦਰ, ਦਿੱਲੀ ਅਤੇ ਪੰਜਾਬ, ਪੰਜਾਬ ਔਰ ਦਿੱਲੀ ਦੇ ਜਿਹੜਾ ਸਿੱਖ ਹੈਗਾ ਉਹਨਾਂ ਦੇ ਅੰਦਰ ਇੱਕ ਬਹੁਤ ਜ਼ਿਆਦਾ ਨਿਰਾਸ਼ਾ ਆ ਗਈ ਹੈ ਕਿ ਜਿਹੜੀ ਪਾਰਟੀ ਦੇ ਉੱਤੇ ਉਹਨਾਂ ਨੇ ਭਰੋਸਾ ਕੀਤਾ ਸੀਗਾ। ਅਗਰ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਆਪਣੇ ਖੁਦ ਗਰਾਊਂਡ ਲੈਵਲ 'ਚ ਇਸ ਪਾਰਟੀ ਵਾਸਤੇ ਵਰਕਆਊਟ ਕੀਤਾ ਸੀਗਾ, ਮਗਰ ਅੱਜ ਦੇਖਿਆ ਜਾ ਰਿਹਾ ਹੈ ਕਿ ਕਿਧਰੇ ਨਾ ਕਿਧਰੇ ਸਿੱਖ ਸੰਗਤ ਦੇ ਅੰਦਰ ਨਿਰਾਸ਼ਾ ਹੈਗੀ ਹੈ, ਔਰ ਜਿਹੜਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਹੈਗੀ ਉਹ ਸਿਰਫ ਔਰ ਸਿਰਫ ਇੱਕ ਸਾਈਨ ਕਰਕੇ ਪੈਂਡਿੰਗ ਹੈ। ਅਰਵਿੰਦ ਕੇਜਰੀਵਾਲ ਜੀ ਅਗਰ ਇਸ 'ਤੇ ਸਾਈਨ ਕਰ ਦਿੰਦੇ ਨੇ ਤਾਂ ਸਿੱਖ ਜਗਤ ਦੇ ਅੰਦਰ, ਸਿੱਖ ਸੰਗਤ ਦੇ ਅੰਦਰ ਇੱਕ ਬਹੁਤ ਜ਼ਿਆਦਾ ਹਰਸ਼ ਉਲਾਸ ਦਾ ਜਿਹੜਾ ਮੌਕਾ ਹੈਗਾ, ਔਰ ਅਸੀਂ ਬਖੂਬੀ ਉਸੇ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਉੱਦਾਂ ਹੀ ਮਜ਼ਬੂਤੀ ਪ੍ਰਦਾਨ ਕਰਦੇ ਰਹਾਂਗੇ। ਔਰ ਦੂਜੀ ਗੱਲ, ਜਿਵੇਂ ਅੱਜ SK ਬੱਗਾ ਜੀ ਕੋਲ ਅਸੀਂ ਗਏ ਹਾਂ,
ਉਦਾਂ ਹੀ ਅਸੀਂ ਆਪਣੇ ਵੀ ਏਰੀਏ 'ਚ ਰਜਿੰਦਰਪਾਲ ਗੌਤਮ ਜੀ ਔਰ ਹੋਰ ਵੀ ਇਹੋ ਜਿਹੇ ਬੜੇ ਵਿਧਾਇਕ ਨੇ ਜਿਹਨਾਂ ਨੂੰ ਅਸੀਂ ਆਉਣ ਵੇਲੇ 'ਚ ਅਪਰੋਚ ਕਰਨ ਵਾਲੇ ਹਾਂ ਔਰ ਪੰਜਾਬ ਦੀ ਸੰਗਤ ਵੀ ਆਪਣੇ ਤਰਫੋਂ ਰੋਸ ਪ੍ਰਗਟ ਕਰ ਰਹੀ ਹੈ। ਆਏ ਦਿਨ ਜਿਵੇਂ ਭਗਵੰਤ ਮਾਨ ਜੀ ਨੂੰ ਪਿਛਲੇ ਸਮੇਂ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਮਗਰ ਸਿਰੇ ਤਰੀਕੇ ਨਾਲ ਉਹ ਉਸ ਗੱਲਬਾਤ ਤੋਂ ਬਚਦੇ ਹੋਏ ਨਜ਼ਰ ਆਏ ਅਤੇ ਮੇਰੀ ਅਪੀਲ ਹੈਗੀ ਹੈ ਅਰਵਿੰਦ ਕੇਜਰੀਵਾਲ ਜੀ ਔਰ ਉਹਨਾਂ ਦੇ ਸਾਰੇ ਹੀ ਰਿਸਪੈਕਟਡ ਜਿਹੜੇ ਉਹਨਾਂ ਦੇ ਪਾਰਟੀ ਦੇ ਮੈਂਬਰਸ ਹੈਗੇ ਨੇ ਵਿਧਾਇਕ ਹੈਗੇ ਨੇ ਉਹਨਾਂ ਨੂੰ ਅਪੀਲ ਹੈਗੀ ਹੈ ਕਿ ਇਹ ਜਿਹੜੀ ਸਾਡੀ ਰਿਕੁਐਸਟ ਹੈਗੀ ਹੈ ਮੈਮੋਰੈਂਡਮ ਹੈਗਾ ਉਹ ਉਹਨਾਂ ਤੱਕ ਪਹੁੰਚਾਇਆ ਜਾਏ ਔਰ ਇਸ 'ਤੇ ਜਲਦ ਤੋਂ ਜਲਦ ਕੰਮ ਕੀਤਾ ਜਾਏ। ਨਾਲ ਦੀ ਗੱਲ ਇਹ ਵੀ ਗੱਲ ਆਪਾਂ ਕਹਿਣਾ ਚਾਹੁੰਦੇ ਅਸੀਂ ਦੋ ਮੈਂਬਰੈਂਡਮ ਬਣਾਏ ਇੱਕ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਬਣਾ ਕੇ ਸਪੈਸ਼ਲ ਆਪਾਂ ਦਿੱਤਾ ਹੈਗਾ ਠੀਕ ਹੈ ਬਗੈਰ ਅਸੀਂ ਈਮੇਲ ਆਈ ਡੀ ਪਾਈ ਹੈ ਜੇ ਸਰਕਾਰ ਨੂੰ ਕੋਈ ਵੀ ਡਾਕੂਮੈਂਟਸ ਦੀ ਲੋੜ ਪੈਂਦੀ ਹੈ ਅਸੀਂ ਬਕਾਇਦਾ ਉਹਨੂੰ ਪ੍ਰੋਵਾਈਡ ਕਰਨਾ ਪਏਗਾ ਨਾਲ ਹੀ ਚੇਤਾਵਨੀ ਦੇ ਕੇ ਆਏ ਹਾਂ ਉਹਨਾਂ ਨੂੰ ਨਾਲ ਚੇਤਾਵਨੀ ਇਹ ਦੇ ਕੇ ਆਇਆ ਕਿ ਸਾਡਾ ਦੁੱਖ ਜੇ ਦੁੱਖ ਨਾ ਲੱਗਾ ਤਾਂ ਫਿਰ ਝੂਠਾ ਫੇਵ ਸਾਨੂੰ ਨਹੀਂ ਫੱਬਦਾ ਪਾਣੀ ਬਾਣੀ ਬਿਨਾਂ ਪੰਜਾਬ ਨੂੰ ਸਮਝਾ ਕਿਵੇਂ ਆਬਾਦ ਹੋਇਆ ਕੇਜਰੀਵਾਲ ਹਕੂਮਤ ਭੁੱਲ ਜਾਈ ਜੇ ਸਾਡਾ ਭੁੱਲਰ ਨਾ ਆਜ਼ਾਦ ਹੋਇਆ ਕੇਜਰੀਵਾਲ ਹਕੂਮਤ ਭੁੱਲ ਜਾਈ ਜੇ ਸਾਡਾ ਭੁੱਲਰ ਨਾ ਆਜ਼ਾਦ ਹੋਇਆ ਇਹ ਸਿਰਫ ਤੇ ਸਿਰਫ ਇੱਕ ਚੇਤਾਵਨੀ ਹੈ ਕਿ ਅਸੀਂ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਕਾਇਦਾ ਐਲਾਨੀਆ ਤੌਰ 'ਤੇ ਗੱਲ ਕਰਨੀ ਆ ਕਿ ਅਸੀਂ ਇਲੈਕਸ਼ਨ ਦੇ ਵਿੱਚ ਦਿੱਲੀ ਦੀ ਸਾਧ ਸੰਗਤ ਜਿਹੜੀ ਹੈ ਦਿੱਲੀ ਦਾ ਯੂਥ ਜਿਹੜਾ ਹੈਗਾ ਹਰ ਜਗ੍ਹਾ ਘਿਰਾਵ ਕਰਨ ਦੀ ਕੋਸ਼ਿਸ਼ ਕਰੇਗਾ ਜਦ ਤੱਕ ਇਹ ਸਾਡਾ ਸਾਈਨ ਨਹੀਂ ਕਰਦਾ ਹਾਲਾਂਕਿ ਅਸੀਂ ਹਲੇ ਸ਼ਾਂਤਮਈ ਤਰੀਕੇ ਦੇ ਨਾਲ ਪਟੀਸ਼ਨਾਂ ਜਾਇਰ ਕਰਦੇ ਪਏ ਹਾਂ ਅਗਾਹ ਵੀ ਕਰਾਂਗੇ ਠੀਕ ਹੈ ਲੇਕਿਨ ਜੇ ਅਗਰ ਇਹ ਨਹੀਂ ਕਰਦਾ ਸਾਈਨ ਤਾਂ ਅਸੀਂ ਇਹਨਾਂ ਦੇ MLA ਨੂੰ ਜਵਾਬ ਪੁੱਛਾਂਗੇ ਅਤੇ ਇਹ ਸਾਨੂੰ ਜਵਾਬ ਦੇਣਗੇ ਕਿਉਂਕਿ ਇਹ ਸਾਡਾ ਹੱਕ ਹੈ ਡੈਮੋਕ੍ਰੇਟਿਕ। ਸ੍ਰੀ ਅਕਾਲ ਅਤੇ ਮੈਂ ਇੱਕ ਵਾਰ ਤੁਹਾਨੂੰ ਜ਼ਰੂਰ ਬੇਨਤੀ ਕਰਾਂਗਾ ਤੁਸੀਂ ਇੱਕ ਵਾਰ ਇਹ ਪਟੀਸ਼ਨ ਜ਼ਰੂਰ ਦਿਖਾ ਦਿਓ ਇਹ ਰਿਸੀਵਿੰਗ ਵੀ ਸਾਨੂੰ ਮਿਲ ਚੁੱਕੀ ਹੈ ਇੰਨੀ ਕੋਈ ਬੇਨਤੀ ਆ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।